ਦੋਸਤੋ ਏਅਰਪੋਰਟ ਰੋਡ ਤੁਸੀਂ ਦੇਖ ਸਕਦੇ ਹੋ, ਆਹ ਏਅਰਪੋਰਟ ਰੋਡ ਹੈਗੀ ਹੈ, ਸਾਹਮਣੇ ਹੈਗਾ ਐਰੋ ਸਿਟੀ, ਆਹ ਸਾਰੀ ਐਰੋ ਸਿਟੀ ਹੈਗੀ ਹੈ। ਅੱਜ ਜਿਹੜੇ ਮੈਂ ਤੁਹਾਨੂੰ ਪਲੋਟਸ ਦਿਖਾ ਰਿਹਾ ਉਹ ਇਸ ਜਗ੍ਹਾ 'ਤੇ ਔਰ ਇਸ ਜਗ੍ਹਾ 'ਤੇ ਅਵੇਲੇਬਲ ਹੈ, ਔਰ ਇਹ ਜਾ ਰਿਹਾ ਹਾਈਵੇ ਏਅਰਪੋਰਟ ਰੋਡ। ਇੱਥੋਂ ਦੀ ਤੁਸੀਂ ਕਹਿ ਸਕਦੇ ਹੋ ਸਿਰਫ ਉਹ ਸਾਹਮਣੇ ਐਰੋ ਸਿਟੀ ਹੈ, ਹਾਫ ਕਿਲੋਮੀਟਰ ਦਾ ਵੀ ਡਿਸਟੈਂਸ ਨਹੀਂ ਹੈ ਦੋਸਤੋ। ਹੁਣ ਆਪਾਂ ਚੱਲਦੇ ਹਾਂ ਐਰੋ ਸਿਟੀ, ਦੇਖਦੇ ਹਾਂ ਪਲੋਟਸ। ਸਿਕਾਲ, ਅਸਲਾਮ ਵਾਲੇਕੁਮ, ਨਮਸਕਾਰ ਦੋਸਤੋ। ਦੋਸਤੋ ਅੱਜ ਮੈਂ ਕੋਰਨਰ ਦਾ ਪਲੋਟ ਲੈ ਕੇ ਆਇਆ। ਆਹ ਕੋਰਨਰ ਦਾ ਪਲੋਟ ਹੈਗਾ, ਜਿੰਨਾ ਵੱਡਾ ਪਲੋਟ ਹੈ ਨੀਅਰ ਬਾਏ ਉਨਾ ਵੱਡਾ ਹੀ ਗਾਰਡਨ ਹੈ। ਜਿਵੇਂ ਕਿ ਤੁਸੀਂ ਪਿੱਛੇ ਗਾਰਡਨ ਦੇਖ ਰਹੇ ਹੋ ਗ੍ਰੀਨ ਕਲਰ ਦਾ, ਇੰਨੀ ਵੱਡੀ ਬਰਮ ਆ ਰਹੀ ਹੈ, ਆਹ ਪਲੋਟ ਹੈਗਾ, ਇੰਨਾ ਵੱਡਾ ਗਾਰਡਨ ਜ਼ੋਨ ਏਰੀਆ ਹੈ। ਹੁਣ ਦੋਸਤੋ ਤੁਹਾਨੂੰ ਦਿਖਾਉਂਦਾ, ਜਿਵੇਂ ਕਿ ਆਪਾਂ ਇੱਧਰ ਦੇਖ ਰਹੇ ਹਾਂ ਸੇਮ ਇਹ ਕੋਰਨਰ ਦਾ ਘਰ ਹੈ ਇਹਦੇ ਓਪੋਜ਼ਿਟ, ਔਰ ਇੰਨਾ ਵੱਡਾ ਲੋਨ ਆ ਜਾਂਦਾ ਹੈ। ਇਸੀ ਤਰ੍ਹਾਂ ਇਸ ਦੇ ਓਪੋਜ਼ਿਟ ਜਿਹੜਾ ਹੈਗਾ ਸੇਮ ਉਨਾ ਵੱਡਾ ਲੋਨ ਆ ਜਾਏਗਾ। ਅਤੇ ਦੋਸਤੋ 115 ਗਜ਼ ਦਾ ਪਲੋਟ ਹੈ, ਸਭ ਤੋਂ ਅੱਛੀ ਗੱਲ ਹੈ 21x50 ਫਰੰਟ ਹੈ, ਪ੍ਰੋਪਰ ਸੜਕਾਂ ਪਈ ਹੋਈ ਹੈ, ਵੈਲ ਡਿਵੈਲਪਡ ਹੈ, ਐਰੋ ਸਿਟੀ ਦੇ ਵਿੱਚ ਹੈਗਾ ਇਹ ਦੋਸਤੋ। ਵਾਟਰ ਸੀਵਰ ਕਨੈਕਸ਼ਨ ਸਾਰੇ ਪਏ ਹੋਏ ਆ, ਔਰ ਸਾਰੀ ਰਿਹਾਇਸ਼ ਹੈਗੀ ਹੈ, ਤੁਸੀਂ ਦੇਖ ਸਕਦੇ ਹੋ ਦੋਸਤੋ। ਦੋਸਤੋ ਇਹ ਆਹ ਪਲੋਟ ਹੈਗੀ ਹੈ ਜਿਹੜੇ ਮੈਂ ਦਿਖਾ ਰਿਹਾ ਸੀਗਾ। ਹੁਣ ਤੁਸੀਂ ਅਗਰ ਆਹ ਸਾਈਡ ਗਾਰਡਨ ਦੇਖੋਗੇ ਤਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਬੜਾ ਗਾਰਡਨ ਜ਼ੋਨ ਏਰੀਆ ਬਣ ਜਾਂਦਾ ਹੈ। ਅਤੇ ਦੋਸਤੋ ਇਸੀ ਤਰ੍ਹਾਂ ਜਿਹੜਾ ਆਹ ਪਲੋਟ ਜਿਹੜਾ ਹੈਗਾ ਆਪਣੇ ਕੋਲ ਅਵੇਲੇਬਲ ਹੈ ਕੋਰਨਰ ਦਾ, ਐਰੋ ਸਿਟੀ ਦੇ ਵਿੱਚ ਹੈ, ਔਰ ਪ੍ਰਾਈਮ ਲੋਕੇਸ਼ਨ ਹੈਗੀ ਹੈ ਦੋਸਤੋ। ਅਗਰ ਤੁਸੀਂ ਇਸ ਪਲੋਟ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰਿਓ 7986051479 'ਤੇ। ਮੈਨੂੰ ਸਬਸਕ੍ਰਾਈਬ ਲਾਈਕ ਜ਼ਰੂਰ ਕਰਿਓ, ਤੁਹਾਡੇ ਸਪੋਰਟ ਅਤੇ ਆਸ਼ੀਰਵਾਦ ਦੀ ਲੋੜ ਹੈ। ਦੋਸਤੋ ਵਾਟਰ ਸੀਵਰ ਕਨੈਕਸ਼ਨ ਸਾਰੇ ਪਏ ਹੋਏ ਹੈ, ਅੰਡਰਗਰਾਊਂਡ ਵਾਇਰਿੰਗ ਹੈਗੀ ਹੈ, ਔਰ ਡੂੰਘਾ ਵੀ ਨਹੀਂ ਹੈਗਾ, ਡੈਪਥ ਵੀ ਨਹੀਂ ਹੈਗੀ ਇਸ ਪਲੋਟ ਦੀ। ਔਰ ਸਭ ਤੋਂ ਅੱਛੀ ਗੱਲ ਹੈ ਕਿ ਸਾਈਲੈਂਟ ਏਰੀਆ, ਓਪੋਜ਼ਿਟ ਘਰ ਹੈਗੇ ਆ, ਔਰ ਜਿਹੜੇ ਹੈਗੇ ਕਾਫੀ ਖੁੱਲ੍ਹੀ ਸੜਕ ਹੈਗੀ ਹੈ, ਤੁਸੀਂ ਦੇਖ ਸਕਦੇ ਹੋ, ਔਰ ਸਾਰੀ ਤਰਫ ਤੋਂ ਜਿਹੜੀ ਹੈਗੀ ਸੜਕ ਕਰੋਸਿੰਗ ਖੁੱਲ੍ਹੀ ਹੋਈ ਹੈ ਦੋਸਤੋ। ਅਤੇ ਦੋਸਤੋ ਸਭ ਤੋਂ ਅੱਛੀ ਗੱਲ ਇਹ ਹੈਗੀ ਹੈ ਕਿ ਮੌਲੀ ਦੇ ਵਿੱਚ ਇਹ ਪਲੋਟ ਹੈ, ਔਰ ਵੈਲ ਡਿਵੈਲਪਡ ਹੈਗੀ ਹੈ। ਅਗਰ ਕੋਈ ਇਮੀਡੀਏਟ ਰਿਹਾਇਸ਼ ਕਰਨਾ ਚਾਹੁੰਦਾ, ਉਨਾ ਵੱਡਾ ਲੋਨ ਇੰਜੋਏ ਕਰਨਾ ਚਾਹੁੰਦਾ, ਅਤੇ ਬੈਸਟ ਆਪਸ਼ਨ ਹੈਗੀ ਹੈ। ਜਦ ਤੁਸੀਂ ਮੈਨੂੰ ਸਬਸਕ੍ਰਾਈਬ ਕਰੋਗੇ ਤੁਹਾਡੇ ਕੋਲ ਬਹੁਤ ਸਾਰੀ ਮੇਰੀ ਕੋਠੀ 'ਚ ਅਤੇ ਪਲੋਟਸ ਦੀ ਵੀਡੀਓਜ਼ ਆ ਜੂਗੀ। ਮੇਰੇ ਕੋਲ ਮੌਲੀ ਦੇ ਵਿੱਚ ਐਰੋ ਸਿਟੀ, ITCT, ਵੇਵਸ, MR, ਹੋਰ ਬਹੁਤ ਜਗ੍ਹਾ ਪਲੋਟਸ ਅਵੇਲੇਬਲ ਹੈ 88-89 'ਚ। ਉਮੀਦ ਕਰਦਾ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ। ਆਪਾਂ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ, ਧੰਨਵਾਦ ਜੀ।